ਨਹੀਂ ਤਿਆਰ ਤੁਸੀਂ ਆਖਣ ਦੇ ਉਹ ਤਿਆਰ ਕਿਤੇ ਹੋ ਬਹੁ ਆ ਕੀ ਕੀਤਾ ਆ ਵੀ ਤੁਹਾਡੇ ਫੂਡ ਲਾ ਕੇ ਰੱਖੇ ਆ ਵੀ ਤੁਹਾਡੇ ਦੋ ਹਨ ਦੋ ਹੋ ਗਏ ਚੱਪਲਾਂ ਤੀਜੀਆਂ ਤੁਸੀਂ ਪਾ ਲਈਆਂ ਆ ਤੇ ਪੈਂਟ ਰਾਤੀ ਤੁਸੀਂ ਗਏ ਨਾ ਉੱਥੇ ਵਿਆਹ ਤੇ ਆ ਪੱਗ ਵੀ ਤੁਹਾਡੀ ਇਹਨਾਂ ਚ ਕੋਈ ਚੀਜ਼ ਮੇਰੀ ਨੀ ਹੈਗੀ ਆ ਸ਼ਰਟ ਵੀ ਤੁਹਾਡੀ ਆ ਪੰਨਾ ਇੱਕ ਤੁਸੀਂ ਬੰਨ ਲਿਆ ਜੀ ਇੱਕ ਪੰਨਾ ਤੁਸੀਂ ਇੱਥੇ ਰੱਖਤਾ ਇਹ ਕੀ ਗੱਲ ਹੋਈ ਖਲਾਰਾ ਆ ਵੇਖੋ ਉੱਥੇ ਕੰਘੀਆਂ ਔਖੇ ਤੇ ਰੱਤ ਆ ਵੀ ਵਾਚ ਤੁਹਾਡੀ ਆ ਚਲੋ ਹੋਰ ਕੁਛ ਨੀ ਕਰਨਾ ਬੰਦਾ ਜਿੱਥੇ ਚੀਜ਼ ਲਾਈ ਨਾ ਉੱਥੇ ਰੱਖ ਦਿੰਦਾ ਇੰਨਾ ਤਾਂ ਕਰ ਹੀ ਸਕਦੇ ਜੇ ਉਹ ਵੇਖੋ ਪਰਸੀ ਉੱਥੇ ਰੱਖਿਆ ਨਾ ਦੋ ਮਿੰਟ ਦਾ ਕੰਮ ਆ ਦੋ ਮਿੰਟ ਲੱਗਦੇ ਚੀਜ਼ਾਂ ਸਾਂਭਣ ਲੱਗਿਆ ਚਲੋ ਛੁੱਟੀ ਨਾ ਵੇਖੀਏ ਅੱਜ ਹਾਂ ਛੁੱਟੀ ਆਹ ਜਿਹੜਾ ਜਿੰਨਾ ਸਮਾਨ ਕਹਿੰਦੇ ਨਾ ਆਹ ਵਾਲਾ ਤੇਰੇ ਮੈਂ ਦੀਵਾਲੀ ਦਾ ਚਾਹਵਾ ਨਾ ਉਹਨੇ ਤੇ ਆਹ ਦੀਵਾਲੀ ਦੀਆਂ ਸਾਰੀਆਂ ਤੇਰੇ ਮੈਂ ਸਫਾਈਆਂ ਕਰਕੇ ਤੇ 10-20 ਮਿੰਟਾਂ 'ਚ ਮੈਂ ਵਿਹਲਾ ਹੋ ਗਿਆ ਐਂ ਵਧੀਆ ਵਿਖਾ ਦੇਣੀ ਸਾਰੀ ਦਿਹਾੜੀ ਤੁਸੀਂ ਕਰਦੇ ਰਹਿੰਦੇ ਕੰਮ ਕਰ ਲਿਆ ਕੰਮ ਕਰ ਲਿਆ ਕਿੰਨਾ ਤਾਂ ਕੰਮ ਹੈ ਕਿਤੇ ਕੰਮ ਜਦੋਂ ਬੰਦਾ ਜਦੋਂ ਬਾਹਰ ਜਾਂਦਾ ਕਮਾਈ ਕਰਕੇ ਲਿਆਉਂਦਾ ਨਾ ਉਹਨੂੰ ਪਤਾ ਤਾਂ ਕਿੰਨੀ ਔਖੀ ਹੁੰਦੀ ਘਰ ਬੈਠਾ ਇੱਥੋਂ ਲੀੜੇ ਚੁੱਕ ਕੇ ਜੋੜ ਕੇ ਅਲਮਾਰੀ 'ਚ ਰੱਖ ਲਿਆ ਇੱਥੋਂ ਚੁੱਕ ਕੇ ਵਾਸ਼ਿੰਗ ਮਸ਼ੀਨ 'ਚ ਪਾ ਲਏ ਤੇ ਘੁਮਾ ਤਾ ਤੇ ਕਿੰਨਾ ਕੁ ਕੰਮ ਹੈ ਕਿਤੇ ਤੁਹਾਡਾ ਨਸ਼ਾ ਚਲੋ ਅੱਜ ਕਰਕੇ ਉਹ ਖਾਲ ਤੇਰੇ ਨਾਲ ਕਰ ਇਹ ਤੁਹਾਨੂੰ ਕੰਮ ਇਹੋ ਹੀ ਇਹਨਾਂ ਬਹੁਤੀ ਗੱਲ ਵੇਖੀ ਹੁਣ ਤੂੰ ਮੈਂ ਜੋੜਦਾ ਨਹੀਂ ਇਹੋ ਇੱਕ ਗਲਤੀ ਤੁਹਾਡੀ ਇੱਥੇ ਇਹ ਜੋੜਨ ਵਾਲੀ ਨਹੀਂ ਹੈ ਧੋਣ ਵਾਲੀ ਹੈ ਆਏ ਆਏ ਆਹ ਪਾਗਰ ਮਾਰਨਾ ਪਿੰਨਾ ਕੱਢੀਆਂ ਇਹਦੇ ਵਿੱਚੋਂ ਪਿੰਨਾ ਡੱਬੀ ਕਿੱਥੇ ਗਈ मगर है जी बहु चुको तीजी भी इना खिला नहीं बैसना नहीं मैं तो जा सिखाना चाहनी झाड़ मारी जी जोड़ के गई है सारे तैं ला गई है चल इन सुखा के अंदर आ कि कम है चल कोई गल नहीं दो मिनट लगने कर दे काम चलो चलो ठीक है मैं अज लाए आज मैं कल पत्थर धोने दिते पे टाइम लगा है क्यों मेरा नहीं है अपना साफ हो जाए ਅਗਲੀ ਟਾਕੀ ਕਰਕੇ ਦੇ ਇਹਨਾਂ ਨੂੰ ਕੀ ਕਰਾਂ ਬੋ ਅਗਲਾ ਕਪੜਾ ਕਰਕੇ ਨਾ ਅਸਰ ਫੜਾ ਨਾ ਮਾਰੀ ਸਾਫ ਪਾਣੀ ਨੂੰ ਮਾਰੀ ਉਹਨੂੰ ਮਾਰ ਦੇ ਨਹੀਂ ਜੀ ਇਹਨੇ 2 ਮਿੰਟ ਕਰ ਲਵਾਂ 2 ਮਿੰਟ ਕਰ ਲਾ ਲੂ ਤੂੰ ਉਹਦੇ ਹੁਣ ਬੱਲੇ ਲੈਣੀ ਤੇ ਰਾਦਾ ਵੀ ਜੇ ਤਾਂ ਡਿਕੇਟ ਸੁਣ ਵਾਲੀ ਆ ਫਿਰ ਕਿਉਂ ਤੇ ਕਿਉਂ ਤੂੰ ਕੀ ਕਰਨਾ ਨਹੀਂ 2 ਮਿੰਟ ਦਾ ਕੰਮ ਕਰਾ 2 ਮਿੰਟ ਦੇ ਵਿੱਚ ਨਹੀਂ ਕਰ ਸਕਦੇ ਇੱਕ ਸਾਹ ਦਿਨ ਚ ਕਰਨੇ ਹੁਣ ਤੇ 1/2 ਘੰਟਾ ਹੀ ਲਾਤਾ ਜੇ ਚੱਲ ਫੜਾ ਤੂੰ ਨਾ ਕੰਮ ਤੇ ਕਰ ਲੂ ਨਹੀਂ ਤੁਸੀਂ ਦਿੰਦੇ 2 ਮਿੰਟ ਲੱਗਣੇ फीड डंगर वाली समझी
ਉਹਨਾਂ ਫੀਡ ਗਿਆ ਨਾ ਪਤਾ ਮੈਂ ਉਹ ਗੁਰਦੁਆਰਾ ਸਾਹਿਬ ਮੈਂ ਮੱਥਾ ਟੇਕਣਾ ਮੈਂ ਨਾ ਤੇਜਿੰਦਰ ਹੀ ਦੇ ਆਉਂਦੇ ਫੀਡ ਲੈ ਜਾਓ ਤੇ ਮੈਂ ਉਹਦਾ ਮੈਂ ਤੇਜਿੰਦਰ ਉਹਨਾਂ ਦੀ ਆਈ ਹੋਣੀ ਹੈ ਖਰੇ ਤੇ ਉਹ ਚਾਚੇ ਨੂੰ ਕਹਿੰਦੇ ਅੰਕਲ ਜੀ ਤੁਸੀਂ ਵੀ ਲੈ ਜਾਓ ਮੈਂ ਚਾਚੇ ਅਗਲਾ ਪਸ਼ੂ ਪਾਲਣ ਚ ਕੌਣ ਆਏ ਤੈਨੂੰ ਡੰਗਰ ਆਖਣ ਦੇ ਚਲਾ ਜਾ ਅੰਦਰ ਵੀ ਬੜਾ ਕੰਮ ਕਰਨ ਵਾਲਾ ਆ ਵੇਖੋ ਗੱਡੀ ਤੇ ਕਿੰਨਾ ਘੱਟਾ ਪਿਆ ਆ ਵੇਖੋ ਕਿੰਨਾ ਘੱਟਾ ਪਿਆ ਚੰਗਾ ਕਾਬੂ ਹੈ ਇਹ ਵਿਚਾਰੀ ਮੈਨੂੰ ਪਤਾ ਵਗਾੜਨਾ ਜ਼ਿਆਦਾ ਤੇ ਸਵਾਰਨਾ ਘੱਟ ਹੁੰਦਾ ਤੁਸੀਂ ਫੜਾ ਲਾ ਦਿੰਦੇ ਚੱਲ ਸਾਰੀ ਬਾਬੇ ਸ਼ਹੀਦਾਂ ਨਹੀਂ ਤੇ ਸਾਡਾ ਹੱਥ ਉੱਥੇ ਪਹੁੰਚਦਾ ਜਿਸ ਤੱਕ ਅਸੀਂ ਕਰਦੇ ਉਦੋਂ ਤੱਕ ਕਰ ਹੀ ਲਈਆਂ ਤੁਸੀਂ ਸਾਡਾ ਲੈਂਦੇ ਸਾਰਾ ਹਫ਼ਤਾ ਤੁਸੀਂ ਲੈਂਦੇ ਅੱਜ ਸਾਡੇ ਕਾਬੂ ਆਏ ਜੇ ਮੈਂ ਰਿਕਾਰਡ ਕਿੱਲੀ ਨਾ ਹੋਏ ਮੰਮੀ ਬੈਠੇ ਬੈਠੇ ਤਾਂ ਕੰਮ ਹੀ ਦੱਸੀ ਜਾਂਦੇ ਤੇ ਮੇਰੀ ਫੋਟੋ ਵੀ ਲਾ ਦੇ ਹੁਣ ਇਹਨੂੰ ਮੈਂ ਫੋਟੋ ਫਰੇਮ ਜਰਮਾ ਕਿੰਨਾ ਘੱਟ ਲੱਗਾ ਹੈ ਨਾ ਧਿਆਨ ਨਾਲ ਆਇਆ ਹੁਣ ਅੱਗੇ ਇੱਕ ਤੋੜਤਾ ਜੇ ਹੋ ਗਿਆ ਬਾਬਾ 31/5/2015 ਦੀ ਜਦੋਂ ਡੈਡੀ ਰਿਟਾਇਰ ਹੋਏ ਨਾ ਉਦੋਂ ਮਿਲੀ ਡੈਡੀ ਨੂੰ ਗਿਫਟ ਠੀਕ ਆ ਕਿੰਨੀ ਸੋਹਣੀ ਹੁੰਦੀ ਇਹ ਕਾਨਾ ਦਾ ਨਾ ਆਹੋ ਟੁੱਟ ਗਈ ਜੀ ਹੋਰ ਕਹਿੰਦਾ ਕੀਤੀ ਆ ਬਾਬੇ ਵਾਂ ਨਹੀਂ ਲਾਇਆ ਚੇਪੀ ਲੱਗਣੀ ਸੀ ਆਪੇ ਡੈਪੀ ਤੇ ਟੁੱਟ ਗਈ ਆ ਚੇਪੀ ਨਹੀਂ ਹੋ ਲਾ ਆ ਫੋਟੋ ਮੈਂ ਤਾਂ ਮਨਦੀਪ ਲੈ ਕੇ ਆਇਆ ਪਿਛਲੀ ਤੋਂ ਵੜੀ ਦਿਆ ਨਾ ਬਹੁਤ ਤੇਰੇ ਹੱਥ ਕੈਮਰੇ ਚਲੋ ਆਪਣੇ ਆਪ ਨੂੰ ਸਾਫ਼ ਕਰ ਲਈਏ ਮਾੜਾ ਜਿਹਾ ਕਿਤੇ ਮੈਨੂੰ ਕਰੋ ਮੈਨੂੰ ਕਿਤੇ ਭੈਣੇ ਜੀ ਸੀ ਸੁੱਖ ਦੇ ਪ੍ਰਾਹੁਣੇ ਦੀ ਫੋਟੋ ਸਾਫ਼ ਕਰ ਦਈਏ ਜੀ ਜੀ ਸੇਵਾ ਕਰੋ ਮਿੱਤਰ ਆਉਣ ਵਾਲਾ ਮੈਂ ਮੇਰੇ ਫੋਟੋ ਤੇ ਕੱਟਾ ਚਾੜ ਰਿਹਾ ਸੀ ਹੋਏ ਆਪਣੇ ਬੂਟ ਬਾੜ ਜਿੱਥੋਂ ਚੁੱਕੇ ਉੱਥੇ ਰੱਖ ਦਿਆ ਕਰਦੇ ਜਿੱਥੇ ਜਰਾਬਾਂ ਲਾਈਆਂ ਉੱਥੇ ਕੱਪੜੇ ਕੁਪੜੇ ਸਾਰੇ ਪਤਾ ਨੀ ਜਦੋਂ ਅਸੀਂ ਹਫ਼ਤੇ ਪਿੱਛੇ ਜਾਂਦੇ ਨਾ ਉਦੋਂ ਮੈਂ ਤੁਹਾਡੀਆਂ ਲੈ ਕੇ ਆਉਂਦੀ ਜਰਾਬਾਂ ਪੱਕੀਆਂ ਸੌਕਸ ਲੈ ਕੇ ਆਉਣੀਆਂ ਤੇ ਕਦੀ ਵੀ ਦੂਜਾ ਲੱਭੀਆਂ ਨੀ ਆ ਇੱਕ ਲੱਭ ਜਾਂਦੀ ਇੱਕ ਲੱਭੀ ਨੀ ਹੁੰਦੀ ਉਹਦਾ ਰੀਜ਼ਨ ਪਤਾ ਕੀ ਹੁੰਦਾ
ਉੱਥੇ ਸੁੱਟੀਆਂ ਹੁੰਦੀਆਂ ਤਾਂ ਕਰਕੇ ਲੱਭਦੀਆਂ ਤੇ ਮੈਨੂੰ ਕਹਿੰਦਾ ਮੇਰੇ ਦੁਆਲੇ ਜਿਹੜੇ ਹੈ ਨਾ ਤੂੰ ਮਗਰ ਸਾਂਭਦੀ ਸਾਂਭਾ ਮੈਂ ਕੀ ਜਦੋਂ ਖਲਾਰਾ ਇਹਨਾਂ ਨਾਲ ਹੁਣ ਭਰਾ ਸਾਰਾ ਸਮਾਨ ਜਿੱਥੇ ਪੱਗ ਲਾਈ ਵਧੀਆ ਤਰੀਕੇ ਨਾਲ ਰੱਖਿਆ ਕਰਨੀ ਹੁਣ ਆਹ ਦਿਵਾਲੀ ਮੈਂ ਪੂਰਾ ਪ੍ਰਣ ਲੈਣਾ ਵੀ ਨਾ ਕੋਈ ਵਾਧੂ ਖਲਾਰਾ ਪਾਉਣਾ ਜਿੱਥੋਂ ਬੂਟ ਲਾਏ ਉੱਥੇ ਰੱਖਦੇ ਨੇ ਆਪਾਂ ਇਹਨਾਂ ਦੀ ਮਦਦ ਤਾਂ ਕਰ ਨਹੀਂ ਸਕਦੇ ਵੋਟੀਆਂ ਦੀ ਅਤੇ ਚੱਲ ਇਹਨਾਂ ਦਾ ਕੰਮ ਹੀ ਨਾ ਵਧਾਈਏ ਇੰਨਾ ਕੁ ਕੰਮ ਹੀ ਆਪਾਂ ਕਰ ਲਿਆ ਭਰਾ ਥੱਕ ਜਾਈਦਾ ਇਹ ਬੜਾ ਕੰਮ ਕਰਦੀਆਂ ਮੈਂ ਮੰਨ ਗਿਆ ਬਹੁਤ ਕੰਮ ਹੁੰਦਾ ਘਰ 'ਚ ਮੈਂ ਪਹਿਲਾਂ ਉਹਨਾਂ ਨਾਲ ਇੰਨਾ ਕੀ ਕਰਨਾ ਸਾਰੀ ਦਿਹਾੜੀ ਅਤੇ ਜਦੋਂ ਆਹ ਕਿੰਨੀਆਂ ਕਿੰਨੀਆਂ ਸ਼ਰਟਾਂ ਪ੍ਰੈਸ ਕਰਦੇ ਇਹ ਬੰਦਾ ਇੱਕ ਦਿਨ 'ਚ ਇੱਕ ਬੰਦਾ ਅਤੇ ਕੱਲ੍ਹ ਤਿੰਨ ਬਦਲ ਕੇ ਗਏ ਅਤੇ ਤਿੰਨਾਂ ਵਿੱਚ ਦੋ ਖਲਾਰ ਹਾਂਜੀ ਹਾਂਜੀ ਤੁਹਾਡਾ ਕੰਮ ਬਹੁਤ ਹੁੰਦਾ ਇਸ ਕਰਕੇ ਮੈਂ ਤੁਹਾਡੀ ਮਦਦ ਕਰਿਆ ਕਰਾਂਗੇ ਅਤੇ ਮਿਲਦੇ ਹਾਂ ਨੈਕਸਟ ਸ਼ੁਕਰ ਹੈ ਜੀ ਸ਼ੁਕਰ ਆਹ ਦਿਵਾਲੀ ਸਾਡੀ ਚੰਨ ਚੜ੍ਹ ਜਾਣ ਕਰਕੇ ਦਿਵਾਲੀ ਦੀ ਜੀ ਜੀ ਸਰ ਸਬਸਕ੍ਰਾਈਬ ਅਤੇ ਮਿਲਦੇ ਹਾਂ ਨਵੇਂ ਵਲੋਗ ਦੇ ਵਿੱਚ ਮਿਲਦੇ ਵਾਦੇ ਰਹੋ।